ਇਹ ਕਹਾਣੀ ਨਹੀਂ ਮੇਰੀ ਹੱਡ ਬੀਤੀ ਆ ਜੋ ਮੇਰੇ ਵੱਡੇ ਵੀਰ ਮੱਟ ਸ਼ੇਰੋ ਵਾਲੇ ਨੇ ਦਰਦ ਭਰੇ ਲਫ਼ਜ਼ਾਂ ਵਿੱਚ ਬਿਆਨ ਕੀਤੀ ਆ। ਸ਼ਾਇਦ ਇਸ ਨੂੰ ਸੁਣ ਕੇ ਗਰੀਬ ਘਰੇ ਜੰਮੀਆਂ ਸਾਰੀਆਂ ਕੁੜੀਆਂ ਨੂੰ ਆਪਣੀ ਕਹਾਣੀ ਲੱਗੇ। ਸੁਣਿਓ ਜ਼ਰਾ। ਆ ਜਾਓ ਵੀਰੋ, ਬਹਿ ਜਾਓ, ਸੁਣ ਲਓ ਗੱਲ, ਸੁਣਾਵਾਂ ਸੱਚੀ। ਸਾਡੇ ਪਿੰਡ ਤੋਂ ਸ਼ਾਹਪੁਰ ਤੱਕ ਜਦੋਂ ਸੜਕ ਹੁੰਦੀ ਸੀ ਪੱਕੀ, ਸੜਕ 'ਤੇ ਵੱਟਾ ਪਾਉਣ ਦਿਹਾੜੀ ਆਉਂਦੀਆਂ ਸੀ ਅਸੀਂ ਕੁਝ ਮੁਟਿਆਰਾਂ, ਹੋਰ ਵੀ ਵਿਹਲੀਆਂ ਕੀ ਕਰਦੀਆਂ, ਪੜ੍ਹ ਲਿਖ ਬੇਰੁਜ਼ਗਾਰਾਂ। ਉਹਨਾਂ ਵਿੱਚੋਂ ਕਰਮਾ ਮਾਰੀ, ਮੈਂ ਸੀ ਸਭ ਤੋਂ ਸੋਹਣੀ, ਠੇਕੇਦਾਰ ਨੇ ਰੱਖਤੀ ਮੇਰੇ 'ਤੇ ਮੈਲੀ ਅੱਖ ਟਿਕਾਉਣੀ। ਇੱਕ ਦਿਨ ਮੈਨੂੰ ਠੇਕੇਦਾਰ ਨੇ ਵੱਡਾ ਨੋਟ ਵਿਖਾਇਆ, ਹਾਇਓ ਮੇਰਿਆ ਡਾਢਿਆ ਰੱਬਾ, ਕਿੱਡਾ ਕਲਯੁੱਗ ਆਇਆ। ਕੋਈ ਕੰਮ ਕੀਤਾ ਨੀ, ਦਿਹਾੜੀ ਪੂਰੀ ਲੈ ਗਈ। ਚਲ ਆਪਾਂ ਨੇ ਕੀ ਲੈਣਾ, ਗੱਲ ਲਈ ਜਾਣ ਦੇ, ਆਪਾਂ ਆਪਣੇ ਕੰਮ ਤੱਕ ਮਤਲਬ ਰੱਖਣਾ ਬਸ। ਸੱਚ ਪ੍ਰੀਤੋ, ਅੱਜ ਤਾਂ ਮੇਰੀ ਬੇਬੇ ਘਰੇ ਨੀ, ਅੱਜ ਤਾਂ ਮੈਂ ਤੁਹਾਡੇ ਘਰੇ ਹੀ ਜਾਊਂਗੀ। ਕੋਈ ਨਾ ਚੱਲੀ, ਮੈਂ ਤਾਂ ਕਹਿੰਦੀ ਤੁਸੀਂ ਵੀ ਚੱਲੋ, ਦੋਵੇਂ ਜਾਣੀਆਂ। ਹਾਂ ਪ੍ਰੀਤੋ, ਬਗ ਚੱਲਾਂਗੇ। ਚੱਲ ਮੈਂ ਇੱਦਾਂ ਕਰੂੰਗੀ, ਫਿਰ ਨੰਬਰਾਂ ਦੀ ਨੂੰਹ ਜਾਊਗੀ, ਉਹਨੂੰ ਕਹਿ ਦੂੰਗੀ ਵੀ ਫਿਰ ਸੁਨੇਹਾ ਲਾ ਦੇ। ਹਾਂ ਕਹਿ ਦੀ, ਬਗ ਜਾਊਂਗੀ। ਕੋਈ ਨਾ ਪੁੱਤ, ਕਹਿ ਦਿੰਦੀ ਮੈਂ ਜਾ ਕੇ। ਹਾਂ ਹੋ ਮੈਨੂੰ ਲੱਗਦਾ ਪ੍ਰੀਤੋ ਆ ਗਈ। ਬੇਬੇ ਨੀ ਬੇਬੇ? ਹਾਂ ਪੁੱਤ। ਬੇਬੇ ਸਤਿ ਸ਼੍ਰੀ ਅਕਾਲ। ਪੁੱਤ ਸਤਿ ਸ਼੍ਰੀ ਅਕਾਲ। ਬੇਬੇ ਮੈਂ ਅੱਜ ਸਾਰਿਆਂ ਨੂੰ ਨਾਲ ਲਿਆਈ, ਸਾਰਿਆਂ ਦੀ ਰੋਟੀ ਬਣਾ ਦੀ ਅੱਜ। ਤੂੰ ਤਾਂ ਬਾਹਲੇ ਚੰਗਾ ਕੀਤਾ ਧੀਏ, ਸਾਰਿਆਂ ਨੂੰ ਲਿਆਈ। ਅੱਜ ਤਾਂ ਆਪਣੇ ਘਰੇ ਵਿਹੜੇ ਰੌਣਕਾਂ ਲੱਗਣਗੀਆਂ। ਹਾਂ ਬੇਬੇ, ਰੌਣਕਾਂ ਲੱਗਣਗੀਆਂ। ਪੁੱਤ ਤੂੰ ਆ ਮੰਜਾ ਡਾਲਾ, ਮੈਂ ਰੋਟੀ ਲੈ ਕੇ ਆਉਂਦੀ, ਠੀਕ ਹੈ? ਇਹਨਾਂ ਲਈ ਠੀਕ ਆ, ਆ ਜਾਣੀ ਮੇਰੇ ਨਾਲ ਡਹਾ ਦੇ ਮੰਜਾ। ਚੱਲ ਭੈਣੇ, ਆ ਜਾਓ, ਬਹਿ ਜਾਓ ਸਾਰੇ ਜਣੇ। ਬੇਬੇ ਰੋਟੀ ਪਾ ਲਿਆ? ਪਾ ਲਿਆ ਪੁੱਤ। ਹੋਰ ਸੁਣਾ ਪ੍ਰੀਤੋ, ਫਿਰ ਬਸ ਠੀਕ ਆ? ਹੋਰ ਦੱਸੋ ਘਰੇ ਕਿਵੇਂ ਨੇ ਸਾਰੇ? ਪੁੱਤ ਰੋਟੀ ਖਾ ਲੋ, ਸਾਰਿਆਂ ਨੇ ਰਲ ਕੇ ਖਾਣੀਆਂ, ਚੰਗਾ ਪੁੱਤ? ਠੀਕ ਆ, ਪਾਣੀ ਲਿਆ ਦੇ ਸਾਨੂੰ। ਆ ਹੁੰਦੀਆਂ ਕੁੜੀਆਂ ਉਸਤਾਦ ਜੀ, ਦੇਖੋ ਆ ਲੈਣ ਦੇ, ਆ ਲੈਣ ਦੇ, ਮੈਂ ਦੇਖਦਾ ਅੱਜ ਇਹਨਾਂ ਨੂੰ। ਠੇਕੇਦਾਰ ਜੀ ਤੁਹਾਡੇ ਕਿੰਨੀ ਝਾਕਦੀ ਆ? ਝਾਕਦੀ ਤਾਂ ਮੇਰੇ ਵੱਲ ਹੀ ਆ। ਚਲੋ ਨੀ, ਹੋ ਗਿਆ ਆਪਣਾ ਤਾਂ ਕੰਮ, ਚੱਲੀਏ ਆਪਣੇ ਆਪਣੇ ਘਰਾਂ ਨੂੰ। ਚੱਲ ਚੰਗਾ ਪ੍ਰੀਤੋ, ਅਸੀਂ ਚੱਲਦੇ ਹਾਂ ਆਪਦੇ ਆਪਦੇ ਘਰਾਂ ਨੂੰ। ਨਾਲ ਜਾਈਏ ਤੁਸੀਂ ਵੀ। ਚੰਗਾ। ਉਹ ਦੇਖੋ ਉਸਤਾਦ ਜੀ ਆਉਂਦੇ, ਜਿਹੜੀ ਤੁਹਾਡੇ ਕਿੰਨੀ ਝਾਕਦੇ ਸੀ। ਆ ਲੈਣ ਦੇ, ਆ ਲੈਣ ਦੇ। ਪੁੱਤ ਤੋਰੇ ਬੈਠ, ਮੈਨੂੰ ਸਾਰੀ ਗੱਲ ਖੁੱਲ ਕੇ ਦੱਸ। ਮਾਂ ਮੈਂ ਤੈਨੂੰ ਕੀ ਦੱਸਾਂ ਮਾਂ, ਮਾਂ ਮੇਰੇ ਨਾਲ ਅੱਜ ਬਹੁਤ ਬੁਰਾ ਹੋਇਆ। ਪੁੱਤ ਰੋ ਨਾ, ਮੈਨੂੰ ਸਾਰੀ ਗੱਲ ਖੁੱਲ ਕੇ ਦੱਸ। ਪੁੱਤ ਕੋਈ ਨਾ, ਤੂੰ ਹੌਸਲਾ ਰੱਖ, ਹਿੰਮਤ ਨਾ ਛੱਡੀ ਤੂੰ, ਠੀਕ ਹੈ? ਬੇਬੇ ਮੈਂ ਹੁਣ ਕੰਮ 'ਤੇ ਨਹੀਂ ਜਾਂਦੀ ਹੈਗੀ। ਪੁੱਤ ਆਪਣਾ ਐ ਨਹੀਂ ਸਰਨਾ ਗਾ, ਤੈਨੂੰ ਪਤਾ ਹੈਗਾ ਤੇਰੇ ਬਾਪੂ ਕਿੱਥੇ ਹੈਗਾ ਆਪਣੇ ਕੋਲ, ਫਿਰ ਆਪਣਾ ਢਿੱਡ ਕਿਵੇਂ ਪਾਲਿਆ ਜਾਊਗਾ? ਪੁੱਤ ਤੂੰ ਐ ਨਾ ਕਰੀ, ਹਿੰਮਤ ਰੱਖ ਕੇ ਕੱਲ ਨੂੰ ਉਹਦੇ ਡਟ ਕੇ ਮੁਕਾਬਲਾ ਕਰਨਾ ਤੈਂ। ਪਰ ਫਿਰ ਬੇਬੇ, ਫਿਰ ਮੇਰੇ ਨਾਲ ਉਹ ਹੀ ਕੰਮ ਕਰੂਗਾ। ਪੁੱਤ ਐ ਤਾਂ ਫਿਰ ਸਾਰਾ ਪਿੰਡ ਤਾਨੇ ਮਾਰ ਮਾਰ ਆਪਾਂ ਨੂੰ ਮਾਰ ਹੀ ਦਊਗਾ, ਇੱਦਾਂ ਥੋੜ੍ਹੀ ਕਰਨਾ ਗਾ ਆਪਾਂ ਨੇ। ਤੂੰ ਹਿੰਮਤ ਰੱਖ ਕੇ ਜਾਏ, ਠੀਕ ਆ? ਹੌਸਲਾ ਨਾ ਛੱਡੀ ਜਮਾਂ ਵੀ। ਪ੍ਰੀਤੋ ਨੀ ਪ੍ਰੀਤੋ? ਹਾਂ। ਜਾਣਾ ਨੀ ਕੰਮ ਤੇ? ਕੋਈ ਨਾ ਪੁੱਤ, ਤੂੰ ਹੌਸਲਾ ਰੱਖ, ਹੌਸਲਾ ਨਾ ਛੱਡੀ, ਠੀਕ ਆ? ਚੱਲ ਜਾ। ਚਲੋ ਚਲ।
ਤੁਸੀਂ ਦੋਵੇਂ ਅੱਜ ਫੇਰ ਆ ਗਏ ਤਾਂ ਬੜੇ ਸ਼ੇਰ ਬੰਦੇ ਸੀ ਕੱਲਿਆਂ ਨੂੰ ਦੇਖ ਕੇ ਅੱਜ ਹੱਥ ਲਾ ਕੇ ਦਿਖਾ ਤੇਰੀ ਇੰਨੀ ਹਿੰਮਤ ਜਿਸਮ ਦਾ ਵਪਾਰੀ ਆ ਮੇਰੀ ਗੱਲ ਸੁਣ ਠੇਕੇਦਾਰ ਆ ਜੇ ਜਿਸਮ ਹੀ ਵੇਚਣਾ ਹੁੰਦਾ ਮੈਂ ਧੁੱਪ ਵਿੱਚ ਕਿਉਂ ਸੜਦੀ ਦਿਨ ਸਾਰਾ ਚੱਲਣ ਨਹੀਂ ਚਲੋ ਫੜ ਲਓ ਇਹਨੂੰ ਚੱਲ ਇਹ ਪੈਸੇ ਵਾਲੇ ਪੈਸੇ ਦੇ ਨਾਲ ਇੱਜ਼ਤਾਂ ਜਾਨ ਖਰੀਦੀ ਕਦੇ ਇੱਕ ਘਰ ਚ ਨਾ ਦਈ ਰੱਬਾ ਧੀਆਂ ਤੇ ਗਰੀਬੀ ਕਦੇ ਇੱਕ ਘਰ ਚ ਨਾ ਦਈ ਰੱਬਾ ਧੀਆਂ ਤੇ ਗਰੀਬੀ